ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਸੁਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਐਮਐਲਏ ਮੀਤ ਹੇਅਰ ਨੇ ਸਹਾਇਕ ਲਾਇਨਮੈਨ ਦੀ ਭਰਤੀ ਤੋਂ ਐਪ੍ਰੈਂਟਿਸ ਸਰਟੀਫਿਕੇਟ ਦੀ ਸ਼ਰਤ ਹਟਾਉਣ ਦੀ ਕੀਤੀ ਮੰਗ ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੱਲੋਂ ਸਹਾਇਕ ਲਾਈਨਮੈਨ ਦੀ ਭਰਤੀ ਦੇ ਲਈ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਕੱਢਣ ਦੇ ਲਈ ਨੈਸ਼ਨਲ ਐਪ੍ਰੈਂਟਿਸ ਸਰਟੀਫਿਕੇਟ ਤਿਆਰ ਕਰਨ ਦੇ ਲਈ ਪੰਜਾਬ ਸਰਕਾਰ ਦੇ ਤੁਗਲਕ ਫਰਮਾਨ ਦਾ ਸਖਤ ਵਿਰੋਧ ਕੀਤਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਘੇਰਦਾਂ ਕਿਹਾ ਕਿ ਅਜਿਹੇ ਹਾਲਾਤ ਜਾਂ ਤਾਂ ਪੰਜਾਬ ਦੇ ਨੌਜਵਾਨਾਂ ਲਈ ਸਨ ਇਸ ਦੇ ਲਈ ਵਿਰੋਧਵਾਦੀ 사ਦਿਸ ਹੈ ਇਹ ਸਰਕਾਰ ਦੀ ਅਯੋਗਤਾ ਦਾ ਨਤੀਜਾ ਕਿਉਂਕਿ ਸਰਕਾਰ ਨੇ ਸਾਲ 216 ਦੇ ਵਿੱਚ ਤੇ 17 ਦੇ ਵਿੱਚ ਰਾਜ ਤੋਂ ਸਿਖਲਾਈ ਪ੍ਰੋਗਰਾਮ ਦੀ پابੰਦੀ ਲਾਈ ਹੋਈ ਹੈ ਗੁਰਮੀਤ ਸਿੰਘ ਮੀਤਹੇਰ ਨੇ ਨੈਸ਼ਨਲ ਐਪ੍ਰੈਂਟਿਸ ਸਰਟੀਫਿਕੇਟ ਦੀ ਸ਼ਰਤ ਹਟਾਉਣ ਦੀ ਮੰਗ ਕਰਦਾ ਕਿਹਾ ਕਿ ਕਾਂਗਰਸ ਸਰਕਾਰ ਦੇ ਇਸ ਤੁਗਲਕੀ ਫਰਮਾਨ ਦੇ ਕਾਰਨ ਪੰਜਾਬ ਦੇ ਸੈਂਕੜੇ ਆਈਟੀਆਈ ਪਾਸ ਨੌਜਵਾਨ ਸਰਕਾਰੀ ਨੌਕਰੀ ਤੋਂ ਵਾਂਝੇ ਰਹਿ ਸਕਦੇ ਹਨ ਤੇ ਵਾਂਝੇ ਰਹਿ ਵੀ ਜਾਣ ਕੇ ਇਸ ਦਾ ਲਾਭ ਸਿੱਧਾ ਦੂਜੇ ਰਾਜਾਂ ਦੇ ਨੌਜਵਾਨਾਂ ਨੂੰ ਹੋਵੇਗਾ ਮੀਥੇਰ ਨੇ ਕਿਹਾ ਕਿ ਇੱਕ ਪਾਸੇ ਕਾਂਗਰਸ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਕਾਂਗਰਸ ਸਰਕਾਰ ਭਰਤੀ ਕਰ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਭਰਤੀ ਕਰ ਰਹੀ ਹੈ ਤੇ ਪ੍ਰਕਿਰਿਆ ਵਿੱਚ ਅਧੂਰੀਆਂ ਸ਼ਰਤਾਂ ਲਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਸਰਕਾਰੀ ਨੌਕਰੀਆਂ ਲੈਣ ਦੇ ਅਧਿਕਾਰਾਂ ਨੂੰ ਖੋਰੀ ਇਸ ਦੀ ਤਾਜ਼ਾ ਉਦਾਹਰਣ ਪੀਐਸਪੀਸੀਐਲ ਦੁਆਰਾ ਸਹਾਇਕ ਲਾਈਨਮੈਨ ਦੀ ਭਰਤੀ ਲਈ ਨੈਸ਼ਨਲ ਐਪ੍ਰੈਂਟਿਸ ਨੂੰ ਪੇਸ਼ ਕਰਨ ਦੀ ਜ਼ਰੂਰਤ ਹੈ ਆਪ ਮਹਿਲਾ ਵਿੰਗ ਦੇ ਪ੍ਰਦਰਸ਼ਨ ਸਮੇਂ ਪੁਰਸ਼ ਮੁਲਾਜ਼ਮਤ ਨਾਇਿਤ ਕਰਨੇ ਗਲਤ ਮੰਨੂ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਪਾਰਟੀ ਦੀ ਮਹਿਲਾ ਵਿੰਗ ਅਗਵਾ ਤੇ ਵਰਕਰਾਂ ਦੇ ਚੰਡੀਗੜ੍ਹ ਵਿੱਚ लाठी चार्ज ਕਰਨਾ ਪਾਣੀ ਦੀਆਂ ਬਾਛੜਾਂ ਮਾਰਦਿਆਂ ਸ਼ਾਂਤਮਈ ਰੋਜ਼ ਪ੍ਰਦਰਸ਼ਨ ਕਰਨ ਤੋਂ ਰੋਕਣ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੇ ਲਈ ਚੰਡੀਗੜ੍ਹ ਪੁਲਿਸ ਦੇ ਵੱਲੋਂ ਪੁਰਸ਼ ਕਰਮਚਾਰੀਆਂ ਨੂੰ ਡਿਊਟੀ ਲਾਉਣਾ ਬੇहद ਸ਼ਰਮਨਾਕ ਕਾਰਵਾਈ ਹੈ ਸੋਮਵਾਰ ਨੂੰ ਸਾਂਝੇ ਬਿਆਨ ਦੇ ਰਾਹੀਂ ਆਪ ਦੀ ਸੀਨੀਅਰ ਅਗੂ ਅਤੇ ਵਿਰੋਧੀ ਧਿਰ ਦੀ ਓਪਨ ਨੇਤਾ ਅਗੂ ਸਰਬਜੀਤ ਕੌਰ ਮਾਨੁਕੇ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਵਿਧਾਇਕ ਰਵਿੰਦਰ ਕੌਰ ਰੂਬੀ ਨੇ ਕਿਹਾ ਕਿ ਭਾਜਪਾਗਵਾਂ ਦੇ ਹੁਕਮਾਂ ਤੇ ਪੁਲਿਸ ਨੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ ਤੇ लाठीचार्ज ਕੀਤਾ। ਉਹਨਾਂ ਨੇ ਕਿਹਾ ਕਿ ਜਾਣਕਾਰੀ ਦੇ ਬਾਵਜੂਦ ਧਰਨਾ ਸਥਾਨ ਤੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਅਗਵਾ ਤੇ ਵਰਕਰਾਂ ਨੂੰ ਰੋਕਣ ਦੇ ਲਈ ਪੁਲਿਸ ਵੱਲੋਂ ਪੁਰਸ਼ ਮੁਲਾਜ਼ਮਾਂ ਦੀ ਡਿਊਟੀ ਤੇ ਲਾਉਣਾ ਤਾਂ ਨੈਤਿਕ ਕਰਨਾ ਨੈਤਿਕ ਤੌਰ ਤੇ ਗਲਤ ਹੈ ਭਾਜਪਾ ਦੇ ਇਸ਼ਾਰੇ ਤੇ ਪੁਲਿਸ ਵੱਲੋਂ ਮਹਿਲਾ ਵਰਕਰਾਂ ਦੇ ਕੀਤੀ ਗਈ ਕਾਰਵਾਈ ਨਾਲ ਸੁਚਾ ਸਮੁੱਚਾ ਪੰਜਾਬ ਅਤੇ ਦੇਸ਼ ਸ਼ਰਮਸਾਰ ਹੋਇਆ ਹੈ। ਸੋ ਖਬੀਰ ਬਾਦਲ ਤੇ ਬਸਪਾ ਦੇ ਪੰਜਾਬ ਪ੍ਰਧਾਨ ਜਗਬੀ ਜਸਵੀਰ ਸਿੰਘ 7 ਸਤੰਬਰ ਨੂੰ ਹਲਕਾ ਗੜਸ਼ੰਕਰ ਪਹੁੰਚਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਸਪਾ ਦੇ ਪ੍ਰਧਾਨ ਜਸਵੀਰ ਸਿੰਘ ਗੜੀ 7 ਸਤੰਬਰ ਨੂੰ ਹਲਕਾ ਗੜਸ਼ੰਕਰ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਲਕਾ ਗੜਸ਼ੰਕਰ ਦੇ ਵੱਖ-ਵੱਖ ਥਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਵੱਲੋਂ ਹਲਕਾ ਗੜ ਸ਼ੰਕਰ ਤੇ ਵੱਖ-ਵੱਖ ਥਾਵਾਂ ਤੇ ਜਾ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪਾਰਟੀ ਦੇ ਵਰਕਰਾਂ ਦੇ ਵਿੱਚ ਜੋਸ਼ ਭਰਨ ਦਾ ਕੰਮ ਕੀਤਾ ਜਾਵੇਗਾ। ਅਸ਼ਵਨੀ ਸ਼ਰਮਾ ਨੇ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ ਪੰਜਾਬ ਵਿੱਚ ਕਨਕ ਚੋਣਾਂ ਦੀ ਖਰੀਦ ਮਸਲੇ ਦੀ ਕੀਤੀ ਮੰਗ ਵੱਡੀ ਖਬਰਾਂ ਖਬਰ ਦੇ ਵੱਲ ਰੁਕ ਕਰਨ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਆ। ਵੀਡੀਓ ਨੂੰ ਸ਼ੇਅਰ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੀ ਸਾਡੇ ਦੀ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼wini ਸ਼ਰਮਾ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕੇਂਦਰੀ ਮੰਤਰੀ ਪੁਸ਼ਕੋਲ ਨੂੰ ਮੰਗ ਪੱਤਰ ਲਿਖ ਕੇ ਐਫਸੀਆਈ ਵੱਲੋਂ ਪੰਜਾਬ ਵਿੱਚ ਚੋਣਾਂ ਤੇ ਖਰੀਦ ਦੇ ਮਾਮਲੇ ਵਿੱਚ ਸਰਕਾਰ ਦੇ ਨਵੇਂ ਨਿੰਦਾਰਤ ਨਿਯਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਰਾਇਸ ਸੈਲਰ ਮਾਲਕਾਂ ਨੇ ਵੀ ਇਹ ਸਮੱਸਿਆ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਰੱਖੀ ਸੀ ਜਿਸ ਤੇ ਸੂਬਾ ਪ੍ਰਧਾਨ ਨੇ ਉਹਨਾਂ ਦੀ ਸਮੱਸਿਆ ਤੇ ਤੁਰੰਤ ਕਾਰਵਾਈ ਕਰਦਿਆਂ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਚਿੱਠੀ ਲਿਖ ਕੇ ਉਹਨਾਂ ਨੂੰ ਪ੍ਰਾਣੀ ਗੁਣਵੱਤਾ ਬਹਾਲ ਰੱਖਣ ਦੀ ਉਹਨਾਂ ਦੀ ਆਵਾਜ਼ ਕੇਂਦਰੀ ਮੰਤਰੀ ਤੱਕ ਪਹੁੰਚਾਈ ਫਤਿਹਗੜ੍ਹ ਸਾਹਿਬ ਦੇ ਵਿੱਚ ਮੀਟਿੰਗ ਉਪਰੰਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਮੂੱਚਾ ਕਿਸਾਨ ਅੱਜ ਰਕੇਸ਼ ਟਿਕਟ ਦੇ ਨਾਲ ਡਟ ਕੇ ਖੜਾ ਹੈ ਤੇ 5 ਸਤੰਬਰ ਨੂੰ ਯੂਪੀ ਦੇ ਮੁਜੱਫਰਨਗਰ ਵਿੱਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਭਾਵੇਂ ਸਰਕਾਰ ਵੱਲੋਂ ਅੜਿੱਕੇ ਹਟਾਏ ਜਾਣ ਫਿਰ ਵੀ ਉਹ ਵੱਡੇ ਪੱਧਰ ਤੇ ਹਰ ਹਾਲ ਦੇ ਵਿੱਚ ਇਸ ਮਹਾਪੰਚਾਇਤ ਦੇ ਵਿੱਚ ਸ਼ਿਰਕਤ ਕਰਨਗੇ ਕਰੋਨਾ ਦੇ ਨਾਲ ਜ਼ਿੰਦਗੀਆਂ ਬਰਬਾਦ ਬੱਚਾਂ ਦਾ ਜੀਵਨ ਦਾਤੇ ਲੱਗਿਆ ਦਿਲ ਦੇਖਣਾ ਦਿਲ ਨੂੰ ਬਲੁੰਦਰ ਦਿੰਦਾ ਅਸੀਂ ਸਰਬੋੱਚ ਅਦਾਲਤ ਨੇ ਕਿਹਾ ਹੈ ਕਿ ਕਰੋਨਾ ਨੇ ਕਈ ਜ਼ਿੰਦਗੀਆਂ ਬਰਬਾਦ ਕਰਦੀਆਂ ਨੇ ਮਹਾਮਾਰੀ ਦੌਰਾਨ ਆਪਣੇ ਮਾਪਿਆਂ ਜਾਂ ਦੋਵਾਂ 'ਚ ਕਿਸੇ ਇੱਕ ਨੂੰ ਗੁਆਣ ਵਾਲੇ ਬੱਚਿਆਂ ਦਾ ਜੀਵਨ ਦਾੰਤੇ ਲੱਗਿਆ ਦੇਖ ਕੇ ਦਿਲ ਨੂੰ ਬਲੂੰਦਰ ਦਿੰਦਾ ਹੈ। ਹਾਲ ਅਦਾਲਤ ਨੇ ਹਾਲਾਂਕਿ ਇਹ ਬੱਚਿਆਂ ਨੂੰ ਰਾਹਤ ਪਹੁੰਚਾਉਣ ਦੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਐਲਾਨੀਆਂ ਯੋਜਨਾਵਾਂ ਤੇ ਤਸੱਲੀ ਪ੍ਰਗਟਾਈਆਂ। ਦੇਸ਼ ਦੀ ਸਿਖਰਲੀ ਅਦਾਲਤ ਨੇ ਕਿਹਾ ਹੈ ਕਿ ਸਰਕਾਰ ਨੇ ਬੱਚਿਆਂ ਦੀ ਪਛਾਣ ਕਰਨ ਵਿੱਚ ਤਸੱਲੀਬਖਸ਼ ਤਰੱਕੀ ਕੀਤੀ ਹੈ ਜੋ ਕੋਰੋਨਾ ਮਹਾਮਾਰੀ ਦੌਰਾਨ ਜਾਂ ਤਾਂ ਨਾਤ ਹੋਏ ਹਨ ਜਾਂ ਆਪਣੇ ਮਾਪਿਆਂ ਵਿੱਚੋਂ ਇੱਕ ਨੂੰ ਗਵਾ ਚੁੱਕੇ ਹਨ। ਉਹਨਾਂ ਨੇ ਕਿਹਾ ਸਾਨੂੰ ਖੁਸ਼ੀ ਹੈ ਕਿ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਕੇਂਦਰ ਸਾਸਤ ਪ੍ਰਦੇਸ਼ਾਂ ਨੇ ਲੋੜਵੰਦ ਬੱਚਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਲਈ ਯੋਜਨਾਵਾਂ ਦਾ ਐਲਾਨ ਕੀਤਾ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿਸਾਨ ਮਜ਼ਦੂਰ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਨੂੰ ਵੀ ਮਿਲੇਗੀ ਪੈਨਸ਼ਨ ਕੇਂਦਰ ਸਰਕਾਰ ਦੀ ਅਟਲ ਪੈਨਸ਼ਨ ਯੋਜਨਾ ਚ ਗੈਰ ਸਰਕਾਰੀ ਨੌਕਰੀ ਖੇਤੀ ਦੁਕਾਨਦਾਰ ਰੇੜੀ ਲਾਉਣ ਵਾਲਿਆਂ ਤੇ ਬੁਢਾਪੇ ਦਾ ਖਿਆਲ ਰੱਖਿਆ ਗਿਆ ਇਸ ਯੋਜਨਾ ਦੇ ਨਾਲ ਜੁੜਨ ਵਾਲਿਆਂ ਨੂੰ 60 ਸਾਲ ਬਾਅਦ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ ਜੇਕਰ ਪਤੀ ਪਤਨੀ ਦੋਵੇਂ ਇਸ ਯੋਜਨਾ ਦਾ ਲਾਭ ਲੈਣਗੇ ਤਾਂ 60 ਸਾਲ ਬਾਅਦ ਦੋਵਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ ਸੋ ਕਿਸਾਨ ਮਜ਼ਦੂਰ ਦੁਕਾਨਦਾਰ ਤੇ ਜਿਹੜੀ ਵਾਲਿਆਂ ਲਈ ਕਹਿੰਦੇ ਵੱਡੀ ਸਕੀਮ ਸਰਕਾਰ ਲੈ ਕੇ ਆਈ ਹੈ ਜੇਕਰ ਪਤੀ ਪਤਨੀ ਦੋਵਾਂ ਦੇ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਜਾਂਦੀ ਹੈ ਤਾਂ ਪੈਨਸ਼ਨ ਦੋਵਾਂ ਦੇ ਵਿੱਚੋਂ ਜੋ ਜਾਂਦਾ ਹੋਵੇਗਾ ਉਸ ਨੂੰ ਮਿਲੇਗੀ ਸਰਕਾਰ ਦੀ ਅਟਲ ਪੈਨਸ਼ਨ ਯੋਜਨਾ ਕਾਫੀ ਪਸੰਦ ਕੀਤੀ ਜਾ ਰਹੀ ਹੈ ਜੇਕਰ ਦੋਵੇਂ ਪਤੀ ਪਤਨੀ ਨਿਵੇਸ਼ ਕਰਦੇ ਨੇ ਤਾਂ 60ਵੇਂ ਸਾਲ ਤੋਂ ਪਤੀ ਪਤਨੀ ਦੋਵਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਯਾਨੀ ਕਿ 120000 ਰੁਪਏ ਸਾਲਾਨਾ ਮਿਲਣਗੇ ਇਹ ਯੋਜਨਾ ਉਨ੍ਹਾਂ ਪਰਿਵਾਰਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ ਜੋ ਘੱਟ ਰਕਮ ਵਿੱਚ ਨਿਵੇਸ਼ ਕਰਦੇ ਨੇ ਜਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਹੋਈ ਨਿੱਕੀ ਜੀ ਵੀਡੀਓ ਜਾ ਕੇ ਦੇਖੋ ਤੁਹਾਨੂੰ ਸਾਰੀ ਡਿਟੇਲ ਮਿਲ ਜਾਵੇਗੀ ਗੁਰਦਾਸਮਾਨ ਦੇ ਸਮਰਥਕਾਂ ਨੇ ਡੀਐਸਪੀ ਨੂੰ ਸੌਂਪੀ ਸ਼ਿਕਾਇਤ ਸਿੱਖ ਆਗੂਆਂ ਤੇ ਪਰਚਾ ਕਰਨ ਦੀ ਕੀਤੀ ਮੰਗ ਸੋ ਕਹਿੰਦੇ ਗੁਰਦਾਸਮਾਨ ਦੇ ਸਮਰਥਕ ਵੀ ਗੁਰਦਾਸਮਾਨ ਦੇ ਹੱਕ 'ਚ ਉੱਤਰ ਆਏ ਨੇ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਗੁਰਦੇਵ ਜਿਨ੍ਹਾਂ ਦੇ ਗੁਰਦਾਸ ਮਾਨ ਦੇ ਵਿਰੁੱਧ ਕੇਸ ਦਰਜ ਕਰਵਾਇਆ ਉਹਨਾਂ ਦੇ ਖਿਲਾਫ ਵੀ ਕੇਸ ਦਰਜ ਕੀਤਾ ਜਾਵੇ ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਵੰਡ ਦੀ ਪੰਜਾਬ ਸਰਕਾਰ ਨੇ ਕੀਤੀ ਸ਼ੁਰੂਆਤ 750 ਦੀ ਥਾਂ ਤੇ 1500 ਰੁਪਏ ਮਿਲੇਗੀ ਪੈਨਸ਼ਨ ਪੰਜਾਬ ਭਵਨ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਦੀ ਵੰਡ ਦੀ ਸ਼ੁਰੂਆਤ ਕੀਤੀ ਹੈ 27 ਲੱਖ ਬਜ਼ੁਰਗ ਵਿਦਵਾ ਬੇਸਹਾਰਾ ਬੱਚਿਆਂ ਤੇ ਦਿਵਿਆਂਗ ਲਾਪਾਤਰੀਆਂ ਨੂੰ 750 ਦੀ ਥਾਂ ਤੇ 1500 ਰੁਪਏ ਮਹੀਨੇਵਾਰ ਪੈਨਸ਼ਨ ਦਿੱਤੀ ਜਾਵੇਗੀ। ਸਾਬਕਾ ਡੀਜੀਪੀ ਸੈਣੀ ਨੂੰ ਹਾਈ ਕੋਰਟ ਦਾ ਵੱਡਾ ਝਟਕਾ ਸਾਰੀਆਂ ਅਰਜ਼ੀਆਂ ਕੀਤੀਆਂ ਖਾਰਜ। ਸਾਬਕਾ ਡੀਜੀਪੀ ਸੈਣੀ ਨੂੰ ਹਾਈ ਕੋਰਟ ਨੇ ਵੱਡਾ ਝਟਕਾ ਦਿੰਦਿਆਂ ਸਾਰੀਆਂ ਅਰਜ਼ੀਆਂ ਖਾਰਜ ਕਰ ਦਿੱਤੀਆਂ ਨੇ ਪੰਜਾਬ ਦੇ ਸਾਜਕਾ ਸਾਬਕਾ ਡੀਜੀਪੀ ਸੁਮੇਤ ਸੈਣੀ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀਆਂ ਸਾਰੀਆਂ ਅਰਜ਼ੀਆਂ ਖਾਰਜ ਕਰ ਦਿੱਤੀਆਂ ਹਾਈ ਕੋਰਟ ਨੇ। ਉਹਨਾਂ ਸਾਰੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਜਿਨ੍ਹਾਂ ਨੇ ਸਮੇਤ ਸੈਣੀ ਨੂੰ ਉਹਨਾਂ ਪਟੀਸ਼ਨ ਨੂੰ 9 ਸਤੰਬਰ ਦੀ ਵਿਧਾਇਆ ਅੱਜ ਸੁਣਵਾਈ ਕਰਨ ਲਈ ਪੈਣ ਡਰਾਈਵ ਪੈਨ ਡਰਾਈਵ ਸੌਂਪੀ ਸੌਂਪ ਵਿਜੀਲੈਂਸ ਅਧਿਕਾਰੀਆਂ ਤੇ ਹੋਰਨਾਂ ਨੇ ਉਲੰਘਣਾ ਦਾ ਜਿਹੜੀ ਮੰਗ ਕੀਤੀ ਉਹ ਸਾਰੀਆਂ ਅਰਜ਼ੀਆਂ ਹਾਈ ਕੋਰਟ ਨੇ ਖਾਰਜ ਕਰ ਦਿੱਤੀਆਂ ਨੇ 9 ਸਤੰਬਰ ਨੂੰ ਨਿਰਧਾਰਤ ਤਰੀਕ 31 ਤੋਂ ਸੁਣਵਾਈ ਕਰਨ ਦੇ ਹੁਕਮ ਦਿੱਤੇ ਹਨ ਕਿਹਾ ਕਿ ਮਾਮਲੇ ਦੀ ਛੇਤੀ ਸੁਣਵਾਈ ਦੀ ਜ਼ਰੂਰਤ ਨਹੀਂ ਇਸ ਦੇ ਨਾਲ ਹੀ ਸੈਣੀ ਨੂੰ ਦਿੱਤੀ ਗਈ ਰਿਹਾਈ ਦੇ ਵਿਰੁੱਧ ਵਿਜੀਲੈਂਸ ਵੱਲੋਂ ਦਾਇਰ ਅਰਜ਼ੀ ਤੇ ਸੁਣਵਾਈ ਨਹੀਂ ਹੋਈ ਦੂਜੇ ਪਾਸੇ ਸੈਣੀ ਦੀ ਆਮਦਨ ਤੋਂ ਵੱਧ ਜਾਇਦਾਦ ਮੰਗ ਲਈ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਸੋ ਹਾਈ ਕੋਰਟ ਨੇ ਹੁਣ ਪਟੀਸ਼ਨ ਮੰਗਲਵਾਰ ਨੂੰ ਸੁਣਵਾਈ ਕਰੇਗਾ ਦੂਜੇ ਪਾਸੇ ਸੈਣੀ ਨੇ ਆਪਣੇ ਪੂਰੇ ਸੇਵਾ ਕਾਲ ਦੌਰਾਨ ਐਫਆਈ ਮਾਮਲੇ ਦੇ ਵਿੱਚ ਦਿੱਤੀ ਗਈ ਰਾਹਤ ਸਬੰਧੀ ਪਟੀਸ਼ਨ ਤੇ ਛੇਤੀ ਸੁਣਵਾਈ ਦੀ ਮੰਗ ਕੀਤੀ ਆ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਜਨਮ ਅਸ਼ਟਮੀ ਦੇ ਪੰਜਾਬ ਨੂੰ ਦਹਲਾਉਣ ਦੀ ਸਾਜ਼ਿਸ਼ ناکਾਮ ਤਰਨਤਾਰਨ ਦੇ ਵਿੱਚ ਹੈਂਡ ਗਰਨੇਡਾਂ ਦੇ ਸਣੇ ਇੱਕ ਕਾਬੂ ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਨੇੜੇ ਪੁਲਿਸ ਨੇ ਬਾਈਕ ਸਵਾਰ ਨੂੰ ਦੋ ਹੈਂਡ ਗ੍ਰੇਡਾਂ ਨਾਲ ਕਾਬੂ ਕਰ ਲਿਆ ਜਨਮ ਅਸ਼ਟਮੀ ਮੌਕੇ ਇਹ ਦੋਚੀ ਕੋਈ ਵੱਡਾ ਅਪਰਾਧ ਕਰਨ ਦੀ ਫਰਾਗ ਵਿੱਚ ਸੀ ਪੁਲਿਸ ਨੇ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕ੍ਰਿਸ਼ਨ ਅਸ਼ਟਮੀ ਮੌਕੇ ਪੁਲਿਸ ਵੱਲੋਂ ਜ਼ਿਲ੍ਹੇ ਭਾਰ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਸੀ ਐਸਐਚਓ ਸੀਟੀ ਇੰਸਪੈਕਟਰ ਜਸਵੰਤ ਸਿੰਘ ਭਾਟੀ ਕਾਕਾ ਕੰਡਿਆਲਾ ਦੇ ਕੋਲੇ ਗਸ਼ਤ ਕਰ ਰਹੇ ਸਨ ਉਹਨਾਂ ਨੂੰ ਸਪਲੈਂਟਰ ਮੋਟਰਸਾਈਕਲ ਉੱਤੇ ਸ਼ੱਕੀ ਹਾਲਤ ਵਿੱਚ ਘੁੰਮ ਰਹੇ ਮਲਜ਼ਮ ਨੂੰ ਫੜਿਆ ਉਸਦੀ ਤਲਾਸ਼ੀ ਲਈ ਜਿਸ ਦੌਰਾਨ ਉਸਦੇ ਕੱਪੜੇ ਵਿੱਚੋਂ ਦੋ ਹੈਂਡ ਗ੍ਰੇਨੇਡ ਇੱਕ ਆਧਾਰ ਕਾਰਡ ਇੱਕ ਮੋਬਾਈਲ ਰੈਡਮੀ ਕੰਪਨੀ ਦਾ 77 ਡਰਾਈਵਿੰਗ ਲਾਇਸੈਂਸ ਬਰਾਮਦ ਹੋਇਆ। ਵਿਗੜੀ ਸਿਹਤ ਦੇ ਚਲਦਿਆਂ ਗਾਇਕ ਸੁਖੀ ਹਸਪਤਾਲ ਦੇ ਵਿੱਚ ਦਾਖਲ ਬਿਆਨ ਕੀਤਾ ਦਰਦ ਪੰਜਾਬੀ ਗਾਇਕ ਅਤੇ 뮤지컬 ਡਾਇਰੈਕਟਰ ਸੁਖੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੋਂ ਦੂਰ ਹਨ ਸੁਖੀ ਨੇ ਮਈ ਦੇ ਵਿੱਚ ਇੰਸਟਾਗ੍ਰam ਤੇ ਆਖਰੀ ਪੋਸਟ ਅਪਲੋਡ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ 4 ਦਿਨ ਪਹਿਲਾਂ ਇੱਕ ਪੋਸਟ ਕਰਕੇ ਵਾਪਸੀ ਕੀਤੀ ਹੈ ਸੁਖੀ ਦੀ ਸਿਹਤ ਠੀਕ ਨਹੀਂ ਉਹ ਬਹੁਤ ਸਾਰਾ ਦਰਦਲ ਚੱਲ ਰਹੇ ਹਨ ਇਸ ਨੂੰ ਲੈ ਕੇ ਉਹਨਾਂ ਨੇ ਆਪਣੇ ਜਾਣ ਵਾਲਿਆਂ ਨੂੰ ਪੋਸਟ 'ਚ ਆਪਰੇਸ਼ਨ ਹੋਣ ਦੀ ਗੱਲ ਵੀ ਆਖੀ ਸੀ 1 ਸਤੰਬਰ ਤੋਂ ਹੋਣ ਜਾ ਰਹੇ ਨੇ ਲਲਪੀਜੀ ਜੀਐਸਟੀ ਤੇ ਬੈਂਕ ਦੇ ਨਾਲ ਜੁੜੇ ਇਹ ਬਦਲਾਅ ਤੁਹਾਡੀ ਜੇਬ ਤੇ ਪਵੇਗਾ ਕਿੰਨਾ ਸਰ 1 ਸਤੰਬਰ ਤੋਂ ਇਸ ਦੇ ਨਾਲ ਹੀ ਫਾਈਨੈਂਸ਼ੀਅਲ ਇਅਰ 2022 ਦੀ ਦੂਸਰੀ ਤਮਾਹੀ ਸ਼ੁਰੂ ਹੋ ਜਾਵੇਗੀ ਇਸ ਤਰੀਕ ਨੂੰ ਬੈਂਕ ਗਾਹਕਾਂ ਨੂੰ ਸੇਵਿੰਗ ਖਾਤਿਆਂ ਤੇ ਦੂਸਰੀ ਤਮਾਹੀ ਦਾ ਵਿਆਜ ਵੀ ਮਿਲੇਗਾ ਤੇ ਇਸ ਤੋਂ ਇਲਾਵਾ GSTN ਦੇ ਕੁਝ ਨਿਯਮ ਸਖਤ ਕਰ ਦਿੱਤੇ ਗਏ ਨੇ LPG ਸਿਲੰਡਰ ਦੇ ਰੇਟ ਦੀ ਸਮੀਖਿਆ ਕੀਤੀ ਜਾਵੇਗੀ ਤਿਹਾਰੀ ਸੀਜ਼ਨ ਨੂੰ ਦੇਖਦੇ ਹੋਏ ਇੰਡੀਅਨ ਰੇਲਵੇ ਨੇ ਕੁਝ ਨਵੇਂ ਸਪੈਸ਼ਲ ਟ੍ਰੇਨਾਂ ਜਾਂ ਪੂਜਾ ਸਪੈਸ਼ਲ ਦੀ ਸ਼ੁਰੂਆਤ ਕਰ ਸਕਦਾ ਜੋ ਯਾਤਰੀਆਂ ਨੂੰ ਉਹਨਾਂ ਦੇ ਘਰ ਆਉਣ ਤੋਂ ਦਿੱਕਤ ਨਾ ਚੱਲਨੀ ਪਵੇ ਈਪੀਐਫ ਉਹਨੇ ਦੇ ਖਾਤੇ ਨਾਲ ਸੰਬੰਧਿਤ ਨਿਯਮ ਬਦਲ ਜਾਣਗੇ 1 ਸਤੰਬਰ ਤੋਂ ਹੋਰ ਕਿਹੜੇ ਬਦਲਾਅ ਹੋਣਗੇ ਜਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਹੋਈ ਸ਼ਾਰਟ ਵੀਡੀਓ ਦੇਖ ਸਕਦੇ ਹੋ ਇਸ ਤੋਂ ਇਲਾਵਾ ਜੀਐਸਟੀ ਰਿਟਰਨ 2 ਮਹੀਨਿਆਂ ਤੋਂ ਨਹੀਂ ਭਰੀ ਤਾਂ ਤੁਹਾਨੂੰ ਭਰਨੀ ਪਵੇਗੀ ਚੈੱਕ ਕਟਣ ਤੋਂ ਪਹਿਲਾਂ ਹੁਣ ਇਹ ਗੱਲਾਂ ਯਾਦ ਰੱਖਣੀਆਂ ਪੈਣਗੀਆਂ ਪੀਐਨਪੀ ਵਿਆਜ ਦੇ ਵਿੱਚ ਕਟੌਤੀ ਕਰ ਦੇਵੇਗਾ ਪੀਐਫ ਖਾਤੇ 'ਚੋਂ ਨਹੀਂ ਕੀਤਾ ਇਹ ਕੰਮ ਤਾਂ ਹੋ ਜਾਏਗਾ ਵੱਡਾ ਨੁਕਸਾਨ ਇੰਡੀਅਨ ਰੇਲਵੇ ਦੀਆਂ ਪੂਜਾ ਸਪੈਸ਼ਲ ਟ੍ਰੇਨਾਂ ਚੱਲਣਗੀਆਂ ਐਲਪੀ ਜੀ ਰੇਟ ਰੀਵਿਜ਼ਨ ਹੋਏਗਾ ਤੇ ਇਸ ਵੀ ਗਾਕਾਂ ਦੇ ਲਈ ਅਲਰਟ ਹੈ 30 ਸਤੰਬਰ ਤੱਕ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਵਾਉਂਦੀ ਆਖਰੀ ਤਾਰੀਖ ਸੀ ਅੰਮ੍ਰਿਤਸਰ ਹਵਾਈ ਅੱਡੇ ਤੇ ਆਈ ਵੱਡੀ ਖਬਰ ਸਾਹਮਣੇ ਸੋਨੇ ਦੀ ਤਸਕਰੀ ਦੇ ਲੋਕ ਕਈ ਨਵੇਂ ਤਰੀਕੇ ਅਜਾਤ ਕਰ ਲੈਂਦੇ ਨੇ ਅਜਮਾ ਰਹੇ ਨੇ ਇਸੇ ਕੜੀ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਦੁਬਈ ਤੋਂ ਅੰਮ੍ਰਿਤਸਰ ਆ ਰਹੀ ਫਲੈਟ ਨੰਬਰ ਐਸਡੀ 130 ਦੇ ਵਿੱਚ ਯਾਤਰੀ ਨੂੰ ਹੈਂਡਵਾਸ਼ ਦੀਆਂ ਬੋਤਲਾਂ ਦੇ ਵਿੱਚ ਤਰਲ ਰੂਪ ਜੋ ਸਿਉਣਾ ਲਿਆਉਂਦੇ ਹੋਏ ਕਸਟਮ ਵਿਭਾਗ ਨੇ ਫੜ ਲਿਆ ਡਾਕਟਰ ਦੀ ਲਾਪਰਵਾਹੀ ਤੇ ਚੱਲਦਿਆਂ ਪੁਲਿਸ ਮੁਲਾਜ਼ਮ ਦੀ ਮੌਤ ਕੇਸ ਤਰਜ ਨੇੜਲੇ ਪਿੰਡ ਬੁਰਜ ਸਿਦਮਾ ਵਿਖੇ ਇੱਕ ਨੌਜਵਾਨ ਦੀ ਅਚਾਨਕ ਜੀਤ ਮੌਤ ਦੀ ਸੂਚਨਾ 27 ਸਾਲਾ ਨੌਜਾਨ ਤਲਵਿੰਦਰ ਸਿੰਘ ਪਿੰਡ ਵਿੱਚ ਡਾਕਟਰ ਕੋਲੋਂ ਦਵਾਈ ਲੈਣ ਗਿਆ ਉੱਥੇ ਮੌਤ ਹੋ ਗਈ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਦਲਵਿੰਦਰ ਸਿੰਘ ਜਲੰਧਰ ਵਿੱਚ ਫਾਇਰ ਬਰਗੇਡ ਚੂ ਡਿਊਟੀ ਕਰਦਾ ਸੀ ਆਪਣੇ ਪਿੰਡ ਆਇਆ ਹੋਇਆ ਸੀ ਇਸ ਦੌਰਾਨ ਅਚਾਨਕ ਉਸ ਦੀ ਤਬੀਅਤ ਖਰਾਬ ਹੋ ਗਈ ਉਹ ਤੁਰੰਤ ਪਿੰਡ ਦੇ ਇੱਕ ਪ੍ਰਾਈਵੇਟ ਡਾਕਟਰ ਕੋਲ ਦਵਾਈ ਲੈਣ ਪਹੁੰਚਿਆ ਪਰੰਤੂ ਉੱਥੇ ਉਸ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਹ ਦਲਵਿੰਦਰ ਸਿੰਘ ਦੀ ਮੌਤ ਡਾਕਟਰ ਦੀ ਲਾਪਰਵਾਹੀ ਦੇ ਚੱਲਦਿਆਂ ਹੋਈ ਹੈ ਮੌਕੇ ਤੇ ਪੁੱਜੀ ਥਾਣਾ ਕਬਰਵਾਲ ਪੁਲਿਸ ਦੇ ਮੁਖੀ ਜਸਕਰਨਦੀਪ ਨੇ ਕਿਹਾ ਕਿ ਪਿਆਰਵਾਰਿਕ ਮੈਂਬਰਾਂ ਦੇ ਆਧਾਰ ਤੇ ਬਿਆਨਾਂ ਬਿਆਨਾਂ ਦੇ ਆਧਾਰ ਤੇ ਕੇਸ ਦਰਜ ਕਰ ਲਿਆ ਬਟਾਲਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਸ਼ਕਤੀ ਪ੍ਰਦਰਸ਼ਨ ਦੋ ਨਵੇਂ ਚੇਅਰਮੈਨਾਂ ਦੀ ਹੋਵੇਗੀ ਤਾਜਪੋਛੀ ਸੋ ਮੰਡੀ ਬਟਾਲਾ ਦੇ ਵਿੱਚ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਹਲਕਾ ਕਾਤਿਆਂ ਤੋਂ ਵਿਧਾਇਕ ਫਤਿਹ ਜੰਗ ਬਾਜਵਾ ਸੰਸਦ ਮੈਂਬਰ ਜਸਬੀਰ ਡਿੰਪਾ ਐਮਪੀ ਗੁਰਜੀਤ ਔਜਲਾ ਤੇ ਵਿਧਾਇਕ ਬਲਵਿੰਦਰ ਲਾੜੀ ਜੁਗਿੰਦਰ ਲਾੜੀ ਅਤੇ ਹੋਰ ਬਹੁਤ ਸਾਰੀਆਂ ਲੀਡਰਾਂ ਨੇ ਛਮੂਲੀਅਤ ਕੀਤੀ ਲੁਧਿਆਣਾ ਦੇ ਵਿੱਚ ਫੈਕਟਰੀ ਨੂੰ ਲੱਗੀ ਅਚਾਨਕ ਅੱਗ ਜਾਨੀ ਨੁਕਸਾਨ ਤੋਂ ਹੋਇਆ ਬਚਾਅ ਫੋਕਲ ਪੁਆਇੰਟ ਫੇਜ਼ 8 ਚੁਸਤੇ ਇੱਕ ਫੈਕਟਰੀ ਚੋ ਸਵੇਰੇ ਅਚਾਨਕ ਅੱਗ ਲੱਗੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਵੱਡੇ ਸਿਲੰਡਰਾਂ ਦੇ ਲੀਕ ਹੋਣ ਕਰਕੇ ਅੱਗ ਲੱਗੀ ਆ ਅੱਗ ਲੱਗਦੇ ਹੀ ਫੈਕਟਰੀ ਦੇ ਵਰਕਰਾਂ ਨੇ ਅੱਗ ਦੀ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਬਹੁਤ ਜ਼ਿਆਦਾ ਫੈਲ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਫਾਇਰ ਬ੍ਰਿਗੇਡ ਨੇ ਇੱਕ ਇੱਕ ਕਰਕੇ 4 ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਇਆ ਗਿਆ ਬਠਿੰਡਾ ਜੰंडीगढ़ ਹਾਈਵੇ ਤੇ ਚੱਲਦੀ ਕਾਰ ਨੂੰ ਲੱਗੀ ਅਚਾਨਕ ਅੱਗ ਬਠਿੰਡਾ ਦੇ ਵਿੱਚ ਉਹ ਕਹਾਵਤ ਬਿਲਕੁਲ ਸੱਚ ਹੋ ਗਈ ਆ ਜਾਂ ਕੋ ਰਾਖੇ ਸਾਈਆਂ ਮਾਰ ਸਕੈ ਨਾ ਕੋਈ ਬਠਿੰਡਾ ਦੇ ਪਿੰਡ ਜੇਟੂ ਕੋਲੇ ਬਠਿੰਡਾ ਜੰंडीगढ़ ਹਾਈਵੇ ਤੇ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਕਾਰ ਸੜ ਕੇ ਸੁਆਹ ਹੋ ਗਈ ਕਾਰ ਚੋਂ ਸਵਾਰ ਵਾਲ-ਵਾਲ ਬਚ ਗਏ ਜੇਕਰ ਪਤਾ ਨਾ ਚੱਲਦਾ ਤਾਂ ਕਾਰ ਸਵਾਰ ਵੱਡੇ ਹੱਥ ਤੇ ਦਾ ਸ਼ਿਕਾਰ ਹੋ ਜਾਣੇ ਸੀ ਬਬੂ ਮਾਨਿਆਨ ਮੋਲ ਗਗਨ ਮਾਨ ਦੇ ਹੱਕ ਚ ਬੁਲੰਦ ਕੀਤੀ ਆਵਾਜ਼ ਗੰਦੇ ਕਮੈਂਟ ਕਰਨ ਵਾਲਿਆਂ ਨੂੰ ਪਾਇਆ ਲਾਉਣ ਤਾਂ ਦੇਸ਼ ਭਰ ਦੇ ਵਿੱਚ ਔਰਤਾਂ ਤੇ ਹੋ ਰਹੇ ਹਮਲਿਆਂ ਤੇ ਵਧ ਰਹੀ ਬਦਸਲੂਕੀ ਦੀਆਂ ਘਟਨਾਵਾਂ ਦੇ ਖਿਲਾਫ ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ ਐਤਵਾਰ ਨੂੰ ਚੰਡੀਗੜ੍ਹ ਦੇ ਵਿੱਚ ਜਿਹੜਾ ਕਹਰਾਓ ਕੀਤਾ ਗਿਆ ਸੀ ਉੱਥੇ ਪੁਲਿਸ ਦੀ ੀੜ ਦੇਖਣ ਲਈ ওয়াਟਰ ਕੈਨਨ ਤੇ ਹਲਕੇ ਬਲ ਦਾ ਪ੍ਰਯੋਗ ਕੀਤਾ ਉਗੀ ਗਾਇਕਾ ਮਹਿਲਾ ਵਿੰਗ ਦੀ ਪ੍ਰદાનੰਦ ਮੋਲ ਗਗਨਮਾਨ ਪਹੁੰਚੀ ਗੰਭੀਰ ਸੱਟਾਂ ਲੱਗੀਆਂ ਹਸਪਤਾਲ ਚ ਦਾਖਲ ਕਰਵਾਉਣਾ ਪਿਆ ਸੋ ਇੱਕ ਵਾਰ ਗੰਭੀਰ ਹੋ ਗਈ ਸੀ ਉਸ ਨੂੰ ਉੱਥੇ ਦਾਖਲ ਕਰਵਾਉਣਾ ਪਿਆ ਮਸ਼ਹੂਰ ਗਾਇਕ ਬੱਬੂ ਮਾਨ ਨੇ ਇੰਸਟਾਗ੍ਰਾਮ ਤੇ ਨਮੋਲ ਗਗਨਮਾਨ ਦੇ ਹੱਕ ਚ ਆਪਣੀ ਆਵਾਜ਼ ਬੁਲੰਦ ਕੀਤੀ ਉਹਨਾਂ ਨੇ ਕਿਹਾ ਕਿ ਸਿਆਸਤ ਦੇ ਉੱਪਰ ਇੱਕ ਕਲਾਕਾਰ ਹੋਣ ਦੇ ਨਾਤੇ ਗਨਮੋਲ ਗਗਨਮਾਨ ਅਤੇ ਪੰਜਾਬ ਦੀਆਂ ਤੀਆਂ ਤੇ ਪ੍ਰਸ਼ਾਸਨ ਵੱਲੋਂ ਕੀਤੇ ਅਤਿਆਚਾਰ ਦੀ ਅਸੀਂ ਸਾਫ਼ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਕੁਝ ਸ਼ਲਾਰਵਾਨ ਤੇ ਖੱਚਾਂ ਨੇ ਫੋਟੋ ਤੇ ਪੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਉਹਨਾਂ ਲਾਂਤੀਆਂ ਲਈ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਜਲਿਆਂਵਾਲੇ ਬਾਗ ਦੀ ਮੁਰੰਮਤ ਵਿਵਾਦਾਂ 'ਚ ਇਤਿਹਾਸਕਾਰ ਨੇ ਕਿਹਾ ਸਜਾਵਟ ਨੇ ਅੰਗਰੇਜ਼ਾਂ ਦੇ ਵਹਿਸ਼ੀ ਇਤਿਹਾਸ ਨੂੰ ਨਸ਼ਟ ਕਰ ਦਿੱਤਾ ਸੋ 102 ਸਾਲ ਪੁਰਾਣੇ ਵਹਿਸ਼ੀ ਇਤਿਹਾਸ ਨੂੰ ਨਸ਼ਟ ਕਰ ਦਿੱਤਾ ਸੋਸ਼ਲ ਮੀਡੀਆ ਤੇ ਸਵਾਲ ਉੱਠਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਸੀਪੀਐਮ ਸੀ타ਰਮਨ ਯੇਚੂਰੀ ਨੇ ਵੀ ਇਸ ਦੀ ਸਖਤ ਆਲੋਚਨਾ ਕੀਤੀ ਹੈ ਸੋ 1.5 ਸਾਲ ਬੰਦ ਰੱਖਿਆ ਤੇ ਹਾਲ ਹੀ ਵਿੱਚ ਖੋਲਿਆ ਗਿਆ ਇਸ ਦਾ ਵਰਚੁਅਲ ਉਦਘਾਟਨ ਮੋਦੀ ਨੇ ਕੀਤਾ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਵਰਚੁਅਲ ਮਾਧਿਅਮ ਦਰਾਹੀਂ ਸਮਾਰੋਹ ਦੇ ਨਾਲ ਜੁੜੇ ਜਿਲ੍ਹਾਵਾਲੇ ਬਾਗ ਦੇ ਵਿੱਚ 13 ਅਪ੍ਰੈਲ 1919 ਨੂੰ ਅੰਗਰੇਜ਼ਾਂ ਦੇ ਹਾਕਮਾਂ ਵੱਲੋਂ ਗੋਲੀਆਂ ਚਲਾ ਕੇ 1000 ਨੇ ਹੱਥੇ ਲੋਕਾਂ ਨੂੰ ਮਾਰ ਦਿੱਤਾ ਗਿਆ ਸੀ ਸੋ ਦੇਖਣ ਲਈ ਇੱਕ ਜਗ੍ਹਾ ਅੰਗਰੇਜ਼ਾਂ ਦੇ ਵੱਲੋਂ ਬੇ ਰਹਿਮੀ ਗਵਾਹ ਬਣ ਗਈ ਸੀ ਸੋ ਇਤਿਹਾਸਿਕ ਇਮਾਰਤਾਂ ਦਾ ਨਿਗਮੀਕਰਨ ਹੈ ਇਤਿਹਾਸਕਾਰ ਐਸ ਇਰਫਾਨ ਹਬੀਬ ਦਾ ਬਿਆਨ ਹੈ ਸੋ ਅਪਰਾਧੀ ਸ਼ਹਾਦਤ ਦਾ ਮਤਲਬ ਨਹੀਂ ਜਾਣਦੇ ਰਾਹੁਲ ਗਾਂਧੀ ਆਜ਼ਾਦੀ ਸੰਗਰਾਮ ਤੋਂ ਦੂਰ ਰਹਿਣ ਵਾਲੇ ਅਜਿਹੇ ਕੋਟਾਲੇ ਕਰ ਸਕਦੇ ਨੇ ਕੈਪਟਨ ਸਰਕਾਰ ਨੇ 53 ਸਰਕਾਰੀ ਆਰਾਮਕਰਾਂ ਤੇ 10 ਸੜਕਾਂ ਵੇਚਣ ਦੀ ਕੀਤੀ ਸ਼ਨਾਖਤ ਸੂਬੇ ਦੀਆਂ ਸਰਕਾਰੀ ਜਾਇਦਾਦਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਬਾਰੇ ਪੰਜਾਬ ਸਰਕਾਰ ਦੇ ਫੈਸਲੇ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂਆਂ ਦੇ ਵੱਲੋਂ ਸਾਬਕਾ ਵਿੱਤ ਮੰਤਰੀ ਪਰਮੇਂਦਰ ਢੀਂਡਸਾ ਨੇ ਆਖਿਆ ਕਿ ਕੈਪਟਨ ਸਰਕਾਰ ਨੇ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਸੂਬੇ ਦੀਆਂ ਸਰਕਾਰੀ ਜਾਇਦਾਦਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਵਿੱਚ ਜੁਟ ਗਈ ਉਹਨਾਂ ਨੇ ਕਿਹਾ ਜੀ ਲੋਕ ਵਿਰੋਧੀ ਫੈਸਲਾ ਦੱਸਦੇ ਹੋਏ ਇਸ ਦੀ ਆਲੋਚਨਾ ਕੀਤੀ ਤੇ ਸੂਬਾ ਸਰਕਾਰਾਂ ਵੱਲੋਂ ਵਿਕਰੀ ਲਈ 53 ਸਰਕਾਰੀ ਆਰਾਮ ਘਰ ਤੇ 10 ਸੜਕਾਂ ਦੀ ਸਨਾਖਤ ਵੀ ਕਰ ਲਈ ਗਈ ਆ ਪੰਜਾਬ ਪੁਲਿਸ ਦੀ ਮਹਿਲਾ ਪੁਲਿਸ ਮੁਲਾਜ਼ਮ ਹੁਣ ਨਹੀਂ ਕੱਢ ਸਕਣਗੀਆਂ ਟੌਰ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਡਿਊਟੀ ਦੌਰਾਨ ਵਾਲਾਂ ਦਾ ਅਲੱਗ-ਅਲੱਗ ਸਟਾਈਲ ਬਣਾ ਕੇ ਟੌਰ ਨਹੀਂ ਕੱਢ ਸਕਦੀਆਂ ਮਹਿਲਾ ਸਿਪਾਈਆਂ ਨੂੰ ਡਰੈੱਸ ਕੋਡ ਦੇ ਤਹਿਤ ਵਾਲਾਂ ਨੂੰ ਜੂੜਾ ਬਣਾ ਕੇ ਕਾਲੇ ਰੰਗ ਦੀ ਜਾਲੀ ਨਾਲ ਬੰਨ ਕੇ ਰੱਖਣਾ ਹੋਵੇਗਾ ਹਸ਼ਿਆਰਪੁਰ ਦੇ ਐਸਐਸਪੀ ਅਮਨਿਤ ਕੌਂਡਲ ਦੁਆਰਾ ਜ਼ਿਲ੍ਹੇ ਚ ਮਹਿਲਾ ਸਿਪਾਈਆਂ ਦੇ ਲਈ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਹੋਰ ਜ਼ਿਲ੍ਹਿਆਂ ਦੇ एसवीएसपी हेडक्वार्टर ਤੋਂ ਇਸ ਸੰਬੰਧੀ ਜਾਣਕਾਰੀ ਹਾਸਲ ਕਰਨ ਦੇ ਲਈ ਪੱਤਰ ਭੇਜ ਦਿੱਤਾ ਗਿਆ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਚ ਇੰਦਰਾ ਗਾਂਧੀ, ਜੀਵ ਗਾਂਧੀ ਅਤੇ ਬਿਆਨਤ ਸਿੰਘ ਦੇ ਬੁੱਤ ਲਾਉਣ ਦੀ ਮੰਗ ਸੋ ਦੇਸ਼ ਦੇ ਲਈ ਕੁਰਬਾਨ ਹੋਣ ਵਾਲੇ ਮਰਹੂਮ ਪ੍ਰਧਾਨ ਮੰਤਰੀ ਭਾਰਤ ਰਤਨ ਜੀਵ ਗਾਂਧੀ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਮੁੱਖ ਮੰਤਰੀ ਪੰਜਾਬ ਬਿਆਨਤ ਸਿੰਘ ਦੇ ਬੁੱਤ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚ ਸਥਾਪਿਤ ਕਰਨ ਦੇ ਲਈ ਹਿੰਦ ਕਾਂਗਰਸ ਕਮੇਟੀ ਕਿਸਾਨ ਕਾਂਗਰਸ ਦੇ ਸੰਯੁਕਤ ਸਕੱਤਰ ਗੁਰ ਸਿਮਰਨ ਸਿੰਘ ਮੰਡ ਨੇ ਮੁਹਾਲੀ ਦੇ ਜ਼ਿਲ੍ਹੇ ਵਿੱਚ ਐਸ ਡੀ ਐਮ ਨੂੰ ਮੈਮੋਰੰਡਮ ਸੌਪਿਆ ਸਕੂਲ ਖੋਲੇ ਜਾਣ ਤੇ ਡਾਕਟਰ ਨਰੇਸ਼ ਨੇ ਜਤਾਇ ਨਰਾਜ਼ਗੀ ਕਿਹਾ ਬੱਚੇ ਬਿਮਾਰ ਹੋਏ ਤਾਂ ਹਸਪਤਾਲ ਸੰਭਾਲ ਨਹੀਂ ਸਕਣਗੇ ਸੋ ਡਾਕਟਰ ਨਰੇਸ਼ ਹੋਰੀ ਲਾਈਵ ਆ ਕੇ ਸੋ ਵੱਡੇ ਵੱਡੇ ਐਲਾਨ ਕਰਦੇ ਦਿਖਾਏ ਦਿੰਦੇ ਨੇ ਨਰਾਜ਼ਗੀ ਜਤਾ ਰਹੇ ਨੂੰ ਉਹਨਾਂ ਨੇ ਕਿਹਾ ਜੀ ਜੇਕਰ ਕਰੋਨਾ ਬੱਚਿਆਂ ਦੇ ਟੀਕਾ ਕਰਨ ਤੋਂ ਪਹਿਲਾਂ ਸਾਰੇ ਸੂਬਿਆਂ ਦੇ ਵਿੱਚ ਸਕੂਲ ਖੋਲੇ ਜਾਣਗੇ ਤਾਂ ਫਿਰ ਬੱਚਿਆਂ ਨੂੰ ਜਿਹੜਾ ਬਿਮਾਰ ਹੋ ਜਾਣਗੇ ਉਹਨਾਂ ਨੂੰ ਹਸਪਤਾਲ ਸੰਭਾਲ ਨਹੀਂ ਸਕਣਗੇ ਸੋ ਇਹ ਕਹਿੰਦੇ ਡਾਕਟਰ ਸਾਹਿਬ ਸੁਣਾਈ ਦਿੰਦੇ ਨੇ ਧੰਨਵਾਦ